ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਸੀਸ ਹੀ ਤਾਂ ਤੁਹਾਨੂੰ ਸਾਰਿਆਂ ਨੂੰ ਸੁਣਦੀ ਹੈ ਵੀ ਮਿਰਚਾਂ ਲੱਗੀਆਂ ਵੀਆਂ, ਹੈ ਨਾ। ਚਲੋ ਫਿਰ ਸੁਣਾ ਦਿੰਦੇ ਹਾਂ, ਕੋਈ ਗੱਲ ਬੰਦੇ ਦੀ ਮਸ਼ਹੂਰ ਹੋਣੀ ਚਾਹੀਦੀ ਹੈ। ਸੋ ਅੱਜ ਚੱਲੇ ਹਾਂ ਜੀ ਅਸੀਂ ਕਰਨਵੀਰ ਨੂੰ ਥੋੜ੍ਹੀ ਜਿਹੀ ਇੱਕ ਸ਼ੋਪਿੰਗ ਕਰਾਉਣ। ਕਰਨਵੀਰ ਸਿੰਘ ਬੈਠੇ ਨੇ ਥੱਲੇ, ਦੇਖੋ ਜੀ ਜਿੱਕਣੇ ਕਿਤੇ ਇਹਨੂੰ ਨੀਂਦ ਆਈ ਵੀ ਹੁੰਦੀ ਹੈ। ਬੁਲਾਓ ਜੀ, ਸਤਿ ਸ਼੍ਰੀ ਅਕਾਲ, ਉੱਠ ਗਏ, ਚਲ ਸਤਿ ਸ਼੍ਰੀ ਅਕਾਲ ਜੀ। ਬੰਦਿਆਂ ਵਾਂਗੂ ਬੈਠਾ, ਉਹ ਬੰਦਿਆਂ ਵਾਂਗੂ ਸਵਾਰ ਕੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰਵਾਨ ਕਰਿਓ ਜੀ ਇਹਦੀ, ਇਹਦੇ ਬੂਟ ਬਾਟ ਜੇ ਕਾਫੀ ਛੋਟੇ ਹੋ ਗਏ ਸੀਗੇ। ਸੋ ਅੱਜ ਸਕੂਲ ਤੋਂ ਫੋਨ ਆਇਆ ਸੀ ਇਹਦੇ, ਬਈ 1 ਤਰੀਕ ਨੂੰ ਸਕੂਲ ਲੱਗ ਜਾਣੇ ਆ ਬੱਚਿਆਂ ਦੇ, ਵੀ ਇਹਨਾਂ ਦੇ ਬੈਗ ਬੂਗ ਨੂੰ ਭਾਈ ਕਿਤਾਬਾਂ ਕਤੂਬਾਂ ਬੈਗਾਂ ਦੇ ਵਿੱਚ ਪਾ ਦਿਓ। ਫਿਰ ਇਹਦੀ ਯੂਨੀਫੋਰਮ ਵੀ ਥੋੜ੍ਹੀ ਜਿਹੀ ਛੋਟੀ ਹੋਈ ਵੀ ਹੈ, ਅਤੇ ਮੈਂ ਮੈਡਮ ਨੂੰ ਪੁੱਛਿਆ ਵੀ ਮੈਡਮ ਜੀ ਮੈਂ ਯੂਨੀਫੋਰਮ ਲੈ ਲਵਾਂ ਜੀ ਨਵੀਂ, ਵੀ ਅਗਲੀ ਕਲਾਸ ਵਿੱਚ ਇਹੀ ਯੂਨੀਫੋਰਮ ਚੱਲੂ? ਤਾਂ ਮੈਡਮ ਨੇ ਜੀ ਸਾਫ ਮਨਾ ਕਰਤਾ। ਮੇਰੇ ਦਿਮਾਗ ਨੂੰ ਸੋਚਣ 'ਤੇ ਮਜਬੂਰ ਹੋ ਗਿਆ ਜੀ ਉਸ ਸਮੇਂ, ਵੀ ਕਿਆ ਕਰਾਂ ਹੁਣ, ਨਵੀਂ ਯੂਨੀਫੋਰਮ ਲਵਾਂ ਜਾਂ ਨਾ ਲਵਾਂ। ਫਿਰ ਪੁਰਾਣੀ ਯੂਨੀਫੋਰਮ ਨੂੰ ਇਹਦੇ ਪਰ ਟਰਾਈ ਕੀਤਾ, ਟਰਾਈ ਕਰਨ ਤੋਂ ਬਾਅਦ ਵਿੱਚ ਲੱਗਿਆ ਵੀ 2 ਮਹੀਨੇ ਉਹ ਕੱਢ ਦੂਗੀ। ਸੋ ਕਿ ਜਿਹੜੀ ਇਹਦੀ ਪੈਂਟ ਸੀਗੀ, ਉਹ ਪੈਂਟ ਤਾਂ ਬਿਲਕੁਲ ਫਿੱਟ ਆ ਗਈ, ਨਿੱਕਰ ਆਰ ਪੈਂਟ ਤਾਂ ਓਕੇ, ਉਹਦੇ ਤਾਂ ਕੋਈ ਟੈਨਸ਼ਨ ਨਹੀਂ। ਇੱਕ ਜਿਹੜੀ ਇਹਦੀ ਸ਼ਰਟ ਹੈ, ਉਹ ਸ਼ਰਟ ਥੋੜ੍ਹੀ ਜਿਹੀ ਇੱਕ ਟਾਈਟ ਲੱਗੀ। ਸੋ ਟਾਈਟ ਸ਼ਰਟ ਦੇ ਨਾਲ ਹੁਣ ਕੰਮ ਸਾਰਾਂਗੇ, ਜੇ 2-4 ਦਿਨ ਕੰਮ ਚੱਲ ਗਿਆ ਤਾਂ ਠੀਕ ਹੈ ਇਹਦਾ, ਜੇ ਤਾਂ ਫਿੱਟ ਜਿਹੀ ਲੱਗੀ ਇਹਨੂੰ ਕੌਨਫਿਟ, ਹੁਣ ਫਿਰ ਉਹੀ ਜਿਹਨੇ ਮਤਲਬ ਇਹਨੇ ਵਧੀਆ ਮਹਿਸੂਸ ਕੀਤਾ, ਇੰਗਲਿਸ਼ ਦੇ ਸ਼ਬਦ ਥੋੜ੍ਹੇ ਥੋੜ੍ਹੇ ਅੜ ਜਾਂਦੇ ਆ, ਅਤੇ ਜੇ ਵਧੀਆ ਮਹਿਸੂਸ ਕੀਤਾ ਇਹਨੇ ਫਿਰ ਤਾਂ ਉਹੀ ਚੱਲੂ, ਨਹੀਂ ਫਿਰ ਆਪਾਂ ਨੇ ਨਵੀਂ ਲੈ ਕੇ ਦੇ ਦੇਣੀ ਇਹਨੂੰ। ਅੱਜ ਬੂਟ ਤਾਂ ਇਹਦੇ ਵਾਸਤੇ ਨਵੇਂ ਲੈਣੇ ਹੀ ਆ, ਜੁਰਾਬਾਂ ਵੀ ਲੈਣੀਆਂ, ਇੱਕ ਪਟਕਾ ਵੀ ਲੈਣਾ। ਹੁਣ ਰੋਪਣ ਨੂੰ ਚੱਲਦੇ ਹਾਂ, ਅਮਨੇ ਨੂੰ ਕੀਤਾ ਸੀਗਾ ਫੋਨ ਬਈ ਮੇਰੇ ਨਾਲ ਚੱਲ, ਅਤੇ ਉਹਦੀ ਡਿਊਟੀ ਹੈਗੀ ਇੱਕ ਬੜੀ ਸਖਤ, ਸਵੇਰੇ ਵੀ ਸਾਈਕਲ ਦੇ ਉੱਪਰ ਸਮਾਨ ਲੈ ਕੇ ਜਾਂਦਾ ਉਹ ਇੱਕ, ਅਤੇ ਸ਼ਾਮ ਨੂੰ ਵੀ ਸਾਈਕਲ ਪਰ ਸਮਾਨ ਲੈ ਕੇ ਜਾਂਦਾ ਆਪਣੇ ਖੇਤਾਂ ਤੱਕ ਇੱਕ। ਮੈਂ ਨਹੀਂ ਦੱਸਣਾ ਤੁਹਾਨੂੰ ਕੀ ਲੈ ਕੇ ਜਾਂਦਾ, ਉਹ ਤੁਸੀਂ ਆਪੇ ਜਾਣਨਾ। ਹੁਣ ਅਮਨੇ ਨੂੰ ਚੱਕ ਕੇ, ਨਾ ਬੇਇੱਜ਼ਤੀ ਕਰਦੀ ਕਿਸੇ ਦੀ, ਕਰਨਵੀਰ ਆਪਣੀ ਮੰਮੀ ਨੂੰ ਕਹੀ ਜਾਂਦਾ ਵੀ ਤੂੰ ਵੀ ਚੱਲ ਨਾਲ, ਹੈ ਓਏ ਮੰਨਦੀ ਨਹੀਂ ਹੈਗੀ, ਮੰਨਦੀ ਇੱਕ ਇੱਕ ਵੀ ਗੱਲ ਨਹੀਂ ਮੰਨਦੀ ਹੈਗੀ। ਚਲ ਹੁਣ ਤੁਹਾਨੂੰ ਵੀ ਪੁੱਛ ਲਓ, ਉਹਨੂੰ ਪੁੱਛ ਲੈਂਦੇ ਹਾਂ ਵੀ ਭਾਈ ਤੂੰ ਦੱਸ ਦੇ। ਹੈਲੋ, ਇਹ ਮਿਸਿਜ਼ ਪਰਸ਼ੋਤਮ, ਇਹ ਮਿਸਿਜ਼ ਪਰਸ਼ੋਤਮ, ਹਾਂਜੀ ਚੱਲ ਚੱਲੀਏ। ਹਾਂ ਕਰਨ ਫਿਰ ਦੇਖ ਲਾ, ਹੁਣ ਤੇਰੀ ਮੰਮੀ ਤੇਰੀ ਗੱਲ ਨਹੀਂ ਮੰਨਦੀ। ਅੱਛਾ ਮਿੱਤਰਾ ਵੀ ਉਹ ਦੱਸਦੇ ਬਾਬੇ ਵਧੀਆ ਜਾਣਾ ਇਹ। ਪੌੜੇ ਬਣਾ ਕੇ ਲੈ ਕੇ ਆਇਆ ਕਹਿੰਦੇ ਵਿੱਚ, ਸਵੇਰੇ ਨਹੀਂ ਪੌੜੇ ਬਣਾ ਕੇ ਲੈ ਕੇ ਆਇਆ। ਆਹ ਕੋਈ ਨਹੀਂ ਭਾਈਓ, ਉਹ ਡੀ ਮਾਲ ਹੈ ਤਾਂ ਹੈ।
बूट वाला बने हुए चलिए ਪੰਜਾਬੀ ਕਿੱਥੇ ਤਿਆਰ ਨੇ ਪੰਜਾਬੀ ਕਿੱਥੇ ਤਿਆਰ ਨੇ ਪੰਜਾਬੀ ਉਹ ਜਿਹੜੇ ਆਪਾਂ ਪੰਜਾਬੀ ਧੱਕਣਾ ਸਾਨੂੰ